ਸਸ ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਮੀਤ ਅਕੈਡਮੀ ਦੇ ਅਫੀਸ਼ੀਅਲ YouTube ਚੈਨਲ ਤੇ ਅੱਜ ਤੁਹਾਡੇ ਲਈ ਬਹੁਤ ਹੀ ਵਧੀਆ ਰਿਕਰੂਟਮੈਂਟ ਅਪਡੇਟ ਲੈ ਕੇ ਆਇਆ ਹਾਂ ਜੋ ਕਿ ਪੰਜਾਬ ਦੇ ਕੈਂਡੀਡੇਟ ਲਈ ਨਿਕਲ ਕੇ ਆ ਚੁੱਕੇ ਹੈ ਜਿਸ ਦੇ ਵਿੱਚ ਪੰਜਾਬ ਦੇ ਵਿੱਚ ਸਰਕਾਰੀ ਬੈਂਕ ਦੇ ਵਿੱਚ ਭਰਤੀ ਜਿਹੜੀ ਹੈ ਜੀ ਉਹ ਆਊਟ ਕੀਤੀ ਗਈ ਹੈ ਕਿੱਦਾਂ ਤੁਸੀਂ ਇਹਦੇ ਲਈ ਅਪਲਾਈ ਕਰੋਗੇ ਕੌਣ-ਕੌਣ ਅਪਲਾਈ ਕਰ ਸਕਦਾ ਹੈ ਪੂਰੀ ਜਾਣਕਾਰੀ ਅੱਜ ਦੀਸ ਵੀਡੀਓ ਤੁਹਾਨੂੰ ਦੇਣ ਜਾ ਰਹੇ ਹਾਂ ਸੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਫਸਟ ਟਾਈਮ ਤੁਸੀਂ ਸਾਡੇ ਚੈਨਲ ਤੇ ਆ ਰਹੇ ਹੋ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਔਰ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਵੈਕੈਂਸੀਸ ਦੀ ਗੱਲ ਕਰਾਂ ਤਾਂ ਹੋਰ ਬਹੁਤ ਸਾਰੀਆਂ ਵੈਕੈਂਸੀਸ ਨੇ ਜਿਨ੍ਹਾਂ ਨੂੰ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਤੇ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਲੇਟੈਸਟ ਰਿਕਰੂਟਮੈਂਟ ਅਪਡੇਟ ਜਿਹੜੀ ਨੇ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦੇ ਰਹਿਣਗੇ ਤੇ ਤੁਸੀਂ ਇਹਦੇ ਲਈ ਚੈੱਕ ਕਰਕੇ ਅਪਲਾਈ ਕਰ ਸਕਦੇ ਹੋ ਸੋ ਇਹਦੇ ਲਈ ਕਿੱਦਾਂ ਤੁਸੀਂ ਅਪਲਾਈ ਕਰਨਾ ਉਹ ਵੀ ਮੈਂ ਡਿਟੇਲ ਦੱਸਾਂਗਾ ਕਿ ਕਿਹ ਕਿਹ ਇਲੀਜੀਬਿਲਿਟੀ ਮੰਗੀ ਗਈ ਹੈ ਕਿਹੜੇ ਕਿਹੜੇ ਕੈਂਡੀਡੇਟ ਇਲੀਜੀਬਲ ਹੋਣ ਵਾਲੇ ਨੇ ਪੂਰੀ ਜਾਣਕਾਰੀ ਮੈਂ ਇਦੀ ਪਰਤੀ ਦੀ ਇਨਫੋਰਮੇਸ਼ਨ ਦੀ ਤੁਹਾਨੂੰ ਦਵਾਂਗਾ ਸਬਸਕ੍ਰਾਈਬ ਕਰ ਸਕਦੇ ਹੂੰ ਤੇ ਨਾਲ ਦੀ ਨਾਲ ਤੁਸੀਂ ਚਾਹੁੰਦੇ ਹੋ ਹਰ ਇੱਕ ਅਪਡੇਟ ਤੁਹਾਨੂੰ ਤੁਹਾਡੇ ਕੋਲ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਚੈਨਲ ਨੂੰ ਕਰ ਲੈਣਾ ਸਬਸਕ੍ਰਾਈਬ ਤੇ ਨਾਲ ਦੀ ਨਾਲ ਬੈਲ ਆਈਕਨ ਵੀ ਦਬਾ ਲੈਣਾ ਤਾਂ ਕਿ ਹਰ ਇੱਕ ਰਿਕਰੂਟਮੈਂਟ ਅਪਡੇਟ ਤੁਹਾਨੂੰ ਤੁਹਾਡੇ ਮੋਬਾਈਲ ਦੇ ਵਿੱਚ ਮਿਲਦਾ ਰਹੇ ਤੇ ਸਮਾਂ ਰਹਿੰਦੇ ਤੁਸੀਂ ਇਹਦੇ ਲਈ ਅਪਲਾਈ ਕਰ ਪਾਓ ਤੇ ਨਾਲ ਦੀ ਨਾਲ ਕੋਈ ਵੀ ਡਾਊਟ ਹੁੰਦਾ ਹੈ ਕਮੈਂਟ ਬਾਕਸ ਵਿੱਚ ਕਮੈਂਟ ਕਰਕੇ ਪੁੱਛੀ ਸਕਦੇ ਹੋ ਤੇ ਚਲੋ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਤੇ ਉੱਥੇ ਜਾ ਕੇ ਤੁਹਾਨੂੰ ਬਾਕੀ ਦੀ ਇਨਫੋਰਮੇਸ਼ਨ ਤੜਨਾ ਸ਼ੇਅਰ ਕਰ ਦਾਂ ਜੀ ਬਾਕੀ ਕਿਸੇ ਗਵਰਨਮੈਂਟ ਜੌਬ ਦੀ ਕਰ ਸਕਦੇ ਹਾਂ ਚਲੋ ਚੱਲਦੇ ਹਾਂ ਰਿਕਰੂਟਮੈਂਟ ਅਪਡੇਟ ਦੇ ਉੱਪਰ ਸੋ ਇਹ ਨੋਟੀਫਿਕੇਸ਼ਨ ਜਿਹੜੇ ਜੀ ਆਊਟ ਆਲਰੇਡੀ ਹੋ ਚੁੱਕਿਆ ਹੈ ਇਹਦੇ ਲਈ ਅਪਲਾਈ ਕਰਨਾ ਜਿਹੜੇ ਸਟਾਰਟ ਹੋ ਚੁੱਕੇ ਹੈ ਜੀ 25 2 2023 ਤੱਕ ਤੁਸੀਂ ਇਹਦੇ ਲਈ ਅਪਲਾਈ ਜਿਹੜਾ ਉਹ ਕਰ ਸਕਦੇ ਹੋ ਜੀ ਇਹਦੇ ਲਈ ਤੁਹਾਡੀ ਰੈਲੇਵੈਂਟ ਏਜ ਤੇ ਕੁਆਲਿਫੀਕੇਸ਼ਨ 1 2 2023 ਤੱਕ ਪੂਰੀ ਹੋਣੀ ਚਾਹੀਦੀ ਹੈ ਠੀਕ ਹੈ ਜੀ ਡੇਟ ਆਫ ਐਗਜ਼ਾਮੀਨੇਸ਼ਨ ਜਿਹੜੀ ਸੈਪਰੇਟਲੀ ਉਹ ਆਊਟ ਕਰਨਗੇ ਇਸ ਦੇ ਵਿੱਚ ਅਗਰ ਮੈਂ ਗੱਲ ਕਰਾਂ ਸਭ ਤੋਂ ਪਹਿਲਾਂ ਜਿਹੜੀ ਵੈਕੈਂਸੀਜ਼ ਆਊਟ ਕੀਤੀਆਂ ਗਈਆਂ ਨੇ ਸਭ ਤੋਂ ਪਹਿਲੀ ਜਿਹੜੀ ਇੱਕ ਕ੍ਰੈਡਿਟ ਆਫੀਸਰ ਦੀ ਹੈ ਜੋ ਕਿ ਜਨਰਲ ਬੈਂਕਿੰਗ ਸਟ੍ਰੀਮ ਦੇ ਵਿੱਚ ਹੈ ਜੀ ਜਿਸ ਦੇ ਲਈ ਜਿਹੜੀ ਹੈ ਤੁਹਾਡੀ 53 ਪੋਸਟਾਂ ਐ SC ਦੇ ਲਈ ਰੱਖੀਆਂ ਗਈਆਂ ਨੇ ST ਦੇ ਲਈ 30 ਪੋਸਟਾਂ ਨੇ OBC ਲਈ 97 EWS ਲਈ 35 ਜਨਰਲ ਲਈ 135 ਟੋਟਲ ਔਰ ਇੱਕ ਤੋਂ ਬਾਅਦ ਆਈਟੀ ਅਫੀਸਰ ਇਨ ਸਪੈਸ਼ਲਿਸਟ ਸਟਰੀਮ ਦੀ ਜਿਹੜੀਆਂ ਨੇ ਉਹ ਆਊਟ ਕੀਤੀਆਂ ਗਈਆਂ ਨੇ 23 ਐਸਸੀ ਦੇ ਲਈ 10 ਐਸਟੀ ਦੇ ਲਈ 41 ਜਿਹੜੀਆਂ ਨੇ ਓਬੀਸੀ ਲਈ ਈਡਬਲਯੂਐਸ 13 ਔਰ 63 ਜਿਹੜੀਆਂ ਨੇ ਜਨਰਲ ਦੇ ਲਈ ਰੱਖੀਆਂ ਗਈਆਂ ਨੇ ਤੇ ਟੋਟਲ ਜਿਹੜੀਆਂ ਨੇ 150 ਪੋਸਟਾਂ ਨੇ ਮਤਲਬ 500 ਪੋਸਟਾਂ ਜਿਹੜੀਆਂ ਨੇ ਉਹ ਇਸ ਦੇ ਵਿੱਚ ਆਊਟ ਜਿਹੜੀ ਉਹ ਕੀਤੀਆਂ ਗਈਆਂ ਨੇ ਜੀ ਸੋ ਇਸ ਦੇ ਵਿੱਚ ਅਗਰ ਪੇ ਸਕੇਲ ਦੀ ਗੱਲ ਕਰਾਂ ਠੀਕ ਹੈ ਜੀ ਇਸ ਦੇ ਵਿੱਚ ਜੂਨੀਅਰ ਮੈਨੇਜਮੈਂਟ ਗ੍ਰੇਡ ਸਕੇਲ ਦੇ ਅਕੋਰਡਿੰਗਲੀ ਤੁਹਾਡੀ 36000 ਸੈਲਰੀ ਜਿਹੜੀ ਹੈ ਜੀ ਉਹ ਰਹਿਣ ਵਾਲੀ ਹੈ ਸਟਾਰਟਿੰਗ ਜਿਹੜੀ ਰਹੇਗੀ ਜੋ ਕਿ ਐਸ ਪਰ ਰੂਲ ਰਹੇਗੀ ਬਾਕੀ ਜਿਹੜੀ ਤੁਹਾਨੂੰ ਬੈਨੇਫਿਟ ਹੈ ਉਹ ਐਕਸਟਰਾ ਜਿਹੜੇ ਨਹੀਂ ਦਿੱਤੇ ਜਾਣਗੇ ਉਸ ਤੋਂ ਬਾਅਦ ਅਗਰ ਅਸੀਂ ਗੱਲ ਕਰੀਏ ਇੱਥੇ ਕਿ ਤੁਸੀਂ ਇੰਡੀਅਨ ਨੈਸ਼ਨ ਜਿਹੜੀ ਤੁਹਾਡੇ ਹੋਣੇ ਚਾਹੀਦੇ ਇੰਡੀਅਨ ਤੁਸੀਂ ਹੋਣੇ ਚਾਹੀਦੇ ਤਾਂ ਹੀ ਤੁਸੀਂ ਅਪ ði ਕੈਂਡੀਡੇਟ एलिਜੀਬਲ ਨੇ ਡਿਗਰੀ ਇਹਨਾਂ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਕਿਸੇ ਵੀ ਡਿਸਪੀਸਪਲਨ ਦੇ ਵਿੱਚ ਕਿਸੇ ਵੀ ਯੂਨੀਵਰਸਿਟੀ ਤੋਂ ਰਿਕੋਗਨਾਈਜ਼ ਗਵਰਨਮੈਂਟ ਆਫ ਇੰਡੀਆ ਦੀ ਤਾਂ ਉਹ ਇਹਦੇ ਲਈ ਅਪਲਾਈ ਕਰ ਸਕਦੇ ਨੇ ਜੀ ਠੀਕ ਹੈ ਜੀ ਔਰ ਆਈਟੀ ਅਫੀਸਰ ਦੇ ਲਈ ਜੋ ਕਿ ਹੈਗੀ ਹੈ ਉਹਦੇ ਲਈ 2029 ਤੱਕ ਦੇ ਨੇ 4 ਸਾਲ ਦੀ ਜੇਰ ਦੀ ਇੰਜੀਨੀਅਰਿੰਗ ਤੁਸੀਂ ਕੀਤੀ ਹੋਈ ਹੈ ਮਲਬੀਟੈਕ ਕੀਤੀ ਹੋਈ ਹੈ ਟੈਕਨੋਲੋਜੀ ਦੀ ਜਾਂ ਟੈਕਨੋਲੋਜੀ ਡਿਗਰੀ ਕੀਤੀ ਹੋਈ ਹੈ ਕੰਪਿਊਟਰ ਸਾਇੰਸ ਦੇ ਵਿੱਚ ਕੰਪਿਊਟਰ ਐਪਲੀਕੇਸ਼ਨ ਦੇ ਵਿੱਚ ਜਾਂ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ ਜਾਂ ਇਲੈਕਟ੍ਰੋਨਿਕ ਇਲੈਕਟ੍ਰੋਨਿਕ ਐਂਡ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਵਿੱਚ ਟੈਲੀਕਮਿਊਨੀਕੇਸ਼ਨ ਦੇ ਵਿੱਚ ਇਲੈਕਟ੍ਰੋਨਿਕ ਕਮਿਊਨੀਕੇਸ਼ਨ ਦੇ ਨਾਲ ਨਾਲ ਇਨਸਟਰੂਮੈਂਟੇਸ਼ਨ ਦੇ ਵਿੱਚ ਤਾਂ ਤੋਂ ਵੀ ਤੁਸੀਂ ਅਪਲਾਈ ਕਰ ਸਕਦੇ ਹੋ ਜਾਂ ਫਿਰ ਤੁਸੀਂ ਗ੍ਰੈਜੂਏਟ ਡਿਗਰੀ ਹੈ ਕਿਸੇ ਵੀ ਡਿਸਪ ਕਮਿਊਨੀਕੇਸ਼ਨ ਦੇ ਵਿੱਚ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਇਹ ਆਫਟਰ ਤੁਹਾਡੀ ਕੋ ਗ੍ਰੈਜੂਏਸ਼ਨ ਡਿਗਰੀ ਹੈਗੀ ਕਿਸੇ ਵੀ ਡਿਸਪਲਿਨ ਦੇ ਵਿੱਚ ਔਰ ਤੁਸੀਂ ਡੀਓਈਏ ਸੀਸੀ ਜਿਹੜਾ ਕੋਰਸ ਆ ਬੀ ਲੈਵਲ ਦਾ ਕੀਤਾ ਹੋਇਆ ਤਾਂ ਤੁਸੀਂ ਇਹਦੇ ਲਈ ਅਪਲਾਈ ਕਰ ਸਕਦੇ ਹੋ ਜੀ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇੱਥੇ ਤੁਹਾਡੀ ਏਜ ਰੈਲੈਕਸੇਸ਼ਨ ਐਸਸੀਐਸਟੀ ਨੂੰ 5 ਸਾਲ ਦੀ ਏਜ ਰੈਲੈਕਸੇਸ਼ਨ ਹੈ ਅਦਰ ਬੈਕਵਰਡ ਕਲਾਸ ਨਾਨ ਕ੍ਰੀਮੀ ਲੀਅਰ ਨੂੰ 3 ਸਾਲ ਦੀ ਹੈ ਪਰਸਨਲ ਵਿਦ ਡਿਸੇਬਿਲਟੀ ਬੈਂਚਮਾਰਕ ਨੂੰ 10 ਸਾਲ ਦੀ ਐਕ ਸਰਵਿਸਮੈਨ ਨੂੰ 5 ਸਾਲ ਜਿਹੜੀ ਹੈ ਦੀ ਉਹ ਦਿੱਤੀ ਜਾਵੇਗੀ ਏਜ ਰੈਲੈਕਸੇਸ਼ਨ ਇਸ ਦੇ ਵਿੱਚ ਸੋ ਉਸ ਤੋਂ ਬਾਅਦ ਨੈਕਸਟ ਅਗਰ ਅਸੀਂ ਗੱਲ ਕਰੀਏ ਇਸ ਦੇ ਲਈ ਦਿਖਾ ਰਹੇ ਹਾਂ ਸੋ ਇਹ ਨੋਟੀਫਿਕੇਸ਼ਨ ਜਿਹੜਾ ਜੀ ਉਹ ਆਊਟ ਕੀਤਾ ਗਿਆ ਹੈ ਔਰ ਇਸ ਦੇ ਵਿੱਚ ਤੁਸੀਂ ਜਿਹੜੇ ਆਪਣੀ ਤੁਹਾਡੇ ਕੋਲ ਸਰਟੀਫਿਕੇਟ अवेलेबल ਹੋਣੇ ਚਾਹੀਦੇ ਨੇ ਜਿਹੜੇ ਵੀ ਤੁਸੀਂ ਕੈਟਾਗਰੀ ਤੋਂ ਅਪਲਾਈ ਕਰ ਰਹੇ ਹੋ ਜੀ ਇਸ ਦੇ ਵਿੱਚ ਸਭ ਤੋਂ ਪਹਿਲਾਂ ਤੁਹਾਡਾ ਆਨਲਾਈਨ ਟੈਸਟ ਹੋਏਗਾ ਸਿਲੈਕਸ਼ਨ ਪ੍ਰੋਸੈਸ ਜੋ ਕਿ ਨਾਲ ਲਿਖਿਆ ਹੀ ਹੋਇਆ ਤੁਸੀਂ ਦੇਖ ਸਕਦੇ ਹੋ ਜੀ ਔਰ ਉਸ ਤੋਂ ਬਾਅਦ ਤੁਹਾਡਾ ਜੀਡੀ ਹੋਏਗਾ ਗਰੁੱਪ ਡਿਸਕਸ਼ਨ ਔਰ ਪਰਸਨਲ ਇੰਟਰਵਿਊ ਦੇ ਫਿਰ ਤੁਹਾਡੀ ਸਿਲੈਕਸ਼ਨ ਜਿਹੜੀ ਹੈ 3 ਸਟੇਜਸ ਰਹਿਣ ਵਾਲੀ ਹੈ ਜੀ ਇਸ ਦੇ ਵਿੱਚ ਜਿਹੜਾ ਤੁਹਾਡਾ ਆਨਲਾਈਨ ਐਗਜ਼ਾਮੀਨੇਸ਼ਨ ਹੋਏਗਾ ਜੀ ਇੰਗਲਿਸ਼ ਲੈਂਗੁਏਜ ਦੇ 35 ਕੁਐਸਚਨ 60 ਮਾਰਕ ਦੇ 60 ਮਿੰਟ ਦਿੱਤੇ ਜਾਣਗੇ ਜਨਰਲ ਇਕਨੋਮਿਕਲੀ ਬੈਂਕਿੰਗ ਅਵੇਅਰਨੈਸ ਦੇ ਵਿੱਚ 40 ਕੁਐਸਚਨ 40 ਮਾਰਕਸ ਦੇ ਰਹਿਣਗੇ 35 ਮਿੰਟ ਦਿੱਤੇ ਜਾਣਗੇ ਡਾਟਾ ਐਨਾਲਿਸਿਸ ਐਂਡ ਇੰਟਰਪ੍ਰੀਟੇਸ਼ਨ ਦੇ ਵਿੱਚ 35 ਮਾਰਕਸ ਦੇ 35 ਕੁਐਸਚਨ ਰਹਿਣਗੇ 60 ਮਾਰਕਸ ਦੇ 45 ਮਿੰਟ ਦਿੱਤੇ ਜਾਣਗੇ ਜੀ ਉਸ ਤੋਂ ਬਾਅਦ ਹੈਗਾ ਇੰਗਲਿਸ਼ ਡਿਸਕ੍ਰਿਪਟਿਵ ਪੇਪਰ ਹੈ ਲੈਟਰ রাইਟਿੰਗ 2 ਨੰਬਰ ਕੁਐਸਚਨ ਹੋਣਗੇ 25 ਨੰਬਰ ਦੇ 30 ਤੁਹਾਨੂੰ ਜਿਹੜਾ ਹੈ ਜੀ ਮਿੰਟ ਦਿੱਤੇ ਜਾਣਗੇ ਇਸ ਦੇ ਵਿੱਚ ਤੁਹਾਨੂੰ ਇਹਨੂੰ ਅਨਸਰ ਕਰਨ ਦੇ ਲਈ ਰੋਂਗ ਅਨਸਰ ਦੀ ਪੈਨਲਟੀ ਜਿਹੜੀ ਹੈ ਜੀ ਉਹ ਹੈਗੀ ਹੈ ਇੱਥੇ ਲਿਖੀ ਹੋਈ ਹੈ ਤੁਹਾਨੂੰ ਜਿਹੜਾ ਕਿ ਓਬਜੈਕਟਿਵ ਟਾਈਪ ਟੈਸਟ ਹੋਏਗਾ ਹੀ ਹੋਏਗਾ ਠੀਕ ਹੈ ਜੀ ਉਸ ਤੋਂ ਬਾਅਦ 1/4 ਰਹਿਣ ਵਾਲੀ ਹੈ ਤੁਹਾਡੀ ਇੰਟਰਵਿਊ ਤੜੀ ਉਹ ਲਿਖੀ ਹੋਈ ਹੈ ਉਹਨਾਂ ਨੇ ਇੰਟਰਵਿਊ ਹੋਏਗੀ ਗਰੁੱਪ ਡਿਸਕਸ਼ਨ ਵੀ ਹੋਏਗੀ ਤੁਹਾਡੀ ਠੀਕ ਹੈ ਜੀ ਸੋ ਬਾਕੀ ਤੁਸੀਂ ਇਹਦੇ ਲਈ ਜ਼ਰੂਰ ਅਪਲਾਈ ਕਰਨਾ ਹੈ ਜੀ ਸੋ ਬਾਕੀ ਸਾਰੀ ਡਿਟੇਲਸ ਮੈਂਸ਼ਨ ਇੱਥੇ ਕੀਤੀਆਂ ਹੋਈਆਂ ਨੇ ਕਿਸੇ ਤਰ੍ਹਾਂ ਦਾ ਕੋਈ ਵੀ ਤੁਹਾਨੂੰ ਨਾਲ ਠੀਕ ਹੈ ਜੀ ਔਰ ਆਪਣਾ ਪੰਜਾਬ ਵਾਲੀ ਕੈਂਡੀਡੇਟ ਦੇ ਲਈ ਜਿਹੜਾ ਸੈਂਟਰ ਰਹੇਗਾ ਜੀ ਉਹ ਤੁਹਾਡਾ ਚੰਡੀਗੜ੍ਹ ਮੁਹਾਲੀ ਰਹਿਣ ਵਾਲਾ ਹੈ ਉੱਥੇ ਤੁਹਾਡਾ ਸੈਂਟਰ ਬਣੇਗਾ ਲੋਕੇਸ਼ਨ ਜਿਹੜੀ 올 ਇੰਡੀਆ ਹੁੰਦੀ ਹੈ ਪੰਜਾਬ ਦੇ ਕੈਂਡੀਡੇਟ ਲਈ ਪੰਜਾਬ ਲੋਕੇਸ਼ਨ ਇਸ ਦੇ ਲਈ ਰਹਿਣ ਵਾਲੀ ਹੈ ਜੀ ਇਹ ਨੋਟੀਫਿਕੇਸ਼ਨ ਜਿਹੜਾ ਆਊਟ ਕੀਤਾ ਗਿਆ ਜੀ ਉਹ ਆਊਟ ਕੀਤਾ ਗਿਆ ਬੈਂਕ ਆਫ ਇੰਡੀਆ ਦੇ ਦੁਆਰਾ ਲਿੰਕ ਡਿਸਕ੍ਰਿਪਸ਼ਨ ਤੇ ਜਾ ਕੇ ਚੈੱਕ ਕਰ ਲੈਣਾ ਫਿਰ ਵੀ ਕੋਈ ਡਾਊਟ ਹੋਏਗਾ ਜ਼ਰੂਰ ਕਮੈਂਟ ਕਰਕੇ ਦੱਸਿਓ 에ਸੀ ਗਾਇਸ ਦਾ ਨੋਟੀਫਿਕੇਸ਼ਨ ਮਿਲਦਾ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਧੰਨਵਾਦ ਜੀ